लुधियाना दे निजी हस्पताल विच उस वेले परिवारक मैंबरां वल्लों हंगामा कीता गया। कुड़ी दी मौत हो जांदी है। तुसीं वेख सकदे हो मौके दीआं तस्वीरां ते परिवारक मैंबरां वल्लों हस्पताल प्रबंधकां ते अणगहिली दे दोष लाए जा रहे ने। उधर इस मौके परिवारक मैंबरां दा की आखणा है तुसीं वी सुणो। कल 14 दिन हो गए सानू। असी मंगलवार नू आए सी ते कल मंगलवार ही सीगा। सर इहदे कोई स्पाइन दी प्रॉब्लम सीगी गर्दन दे विच, उहदे करके इहदे हाथ ते पैर वीक हो रहा सीगा। ते जदों असी इहनां नू दिखाया ते इहनां ने ते कहा सी वी चलो कर ले ठीक है चल के मेरी बेटी आई। कोई इदां दी गल ही नहीं सी सर। कोई जद तक कोई प्रॉब्लम होवे बच्चा या कुछ है, रोज़ असी उहदे कोल आई सी यू दे विच रहिंदे सी, सारा सारा दिन असी उहदे नाल गल्लां करदे सी। कोई इदां दी प्रॉब्लम ही नहीं सी। नहीं सर कुछ भी नहीं लगा ਸੀਗਾ। ਵੈਂਟੀਲੇਟਰ ਇਹਨਾਂ ਨੇ ਕੱਲ ਡਰਮ ਬਿਲਕੁਲ ਹੈ ਸਰ ਕੱਲ। ਫਿਰ ਇਹਨਾਂ ਨੇ ਸਾਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਸਿਟੀ ਸਕੈਨ ਕਰਾਈ। ਇਹਨਾਂ ਨੇ ਕਿਹਾ ਕਿ ਤੁਹਾਡੇ ਆਹ ਜਿਹੜਾ ਆਪਰੇਸ਼ਨ ਤੁਸੀਂ ਕਰਵਾਉਣਾ ਸੀ ਉਹ ਬਿਲਕੁਲ ਸਹੀ ਹੋ ਗਿਆ, ਇੱਕ ਆਪਰੇਸ਼ਨ ਹੋਰ ਕਰਵਾਉਣਾ ਪੈਣਾ। ਤੇ ਜਦੋਂ ਅਸੀਂ ਕਿਹਾ ਚਲੋ ਹੁਣ ਅਸੀਂ ਤਕਲੀਫ 'ਚ ਤਾਂ ਬੇਟੀ ਹੈਗੀ ਹੋਈ, ਚਲ 2-4 ਦਿਨ ਹੋਰ ਬਾਅਦ ਬਿਲਕੁਲ ਸਹੀ ਹੋ ਜਾਏਗੀ ਇਹ। ਅਸੀਂ ਕਿਹਾ ਚਲੋ ਸਰ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਦਿਓ ਸਰ। ਜਦੋਂ ਇਹਨੇ ਕਰਤਾ ਤੇ 2-3 ਦਿਨ ਇਹਦੀ ਬਲਗਮ ਨਹੀਂ ਰੁਕੀ ਤੇ ਇਹ ਕਹਿਣ ਲੱਗੇ ਕਿ ਤੁਸੀਂ ਸਿਟੀ ਸਕੈਨ ਕਰਾਓ ਤੁਸੀਂ ਇਹਦੀ। ਜਦੋਂ ਸਰ ਲੈ ਕੇ ਆਏ ਤਾਂ ਸ਼ਾਮ ਨੂੰ ਕਹਿ ਰਹੇ ਕਿ ਇਹ ਤਾਂ ਨਾ ਮੇਰੇ ਤੋਂ ਨਾ ਗਲਤ ਆਪਰੇਸ਼ਨ ਹੋ ਗਿਆ, ਮੈਂ ਆਹ ਵਾਲੀ ਨੂੰ ਨਿਸ਼ਾਨ ਲਗਾਇਆ ਸੀ ਬੋਨ ਨੂੰ, ਇਸ ਵਾਲੀ ਦਾ ਹੋ ਗਿਆ। ਸਰ ਡਾਕਟਰ ਵਿਓਮ ਨੇ ਬੋਲਿਆ ਕਿ ਮੇਰੇ ਲਈ ਨਾ ਮੈਂ ਅਸੀਂ ਜਦ ਇਹਨਾਂ ਨੂੰ ਰਿਪੋਰਟ ਦਿਖਾਈ ਸਿਟੀ ਸਕੈਨ ਦੀ ਤਾਂ ਅਸੀਂ ਇਹਨਾਂ ਨੂੰ ਕਿਹਾ ਹਾਂਜੀ ਦੱਸੋ, ਕਹਿ ਰਹੇ ਕਿ ਮੇਰੇ ਲਈ ਇੱਕ ਸਰਪ੍ਰਾਈਜ਼ ਹੋ ਗਿਆ। ਮੈਂ ਕਿਹਾ ਹਾਂਜੀ ਦੱਸੋ ਕੀ ਸਰਪ੍ਰਾਈਜ਼। ਸਾਨੂੰ ਲੱਗਿਆ ਬਿਲਕੁਲ ਠੀਕ ਹੋ ਗਈ ਬੱਚੀ, ਹੁਣ ਤਾਂ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ। ਤੇ ਉਹ ਕਹਿੰਦੇ ਕਿ ਇਹ ਸਰਪ੍ਰਾਈਜ਼ ਹੋ ਗਿਆ ਕਿ ਜਿਹੜੀ ਮੈਂ ਬੋਨ ਦਾ ਆਪਰੇਸ਼ਨ ਕਰਨ ਚੱਲਾ ਸੀ ਉਹ ਨਹੀਂ ਹੋਇਆ, ਇਹ ਦੂਸਰਾ ਹੋ ਗਿਆ। ਬੇਟਾ ਉਮਰ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਇਹ ਬੋਲਿਆ ਕਿ ਸਰ ਇਸ ਤਰ੍ਹਾਂ ਕਿੱਦਾਂ ਹੋ ਗਿਆ। ਤੇ ਕਹਿੰਦੇ ਬਈ ਹੋ ਗਿਆ ਤਾਂ ਹੋ ਗਿਆ, ਅਬ ਇਸਮੇ ਮੈਂ ਕਿਆ ਕਰਾਂ, ਮੈਂ ਭਗਵਾਨ ਤੋਂ ਨਹੀਂ ਹੂੰ। ਤੋ ਇਸ ਤਰ੍ਹਾਂ ਇਹਨੇ ਸਾਡੇ ਨਾਲ ਮਤਲਬ ਕੀਤਾ। ਅਸ ਲੇਕਿਨ ਸਾਡਾ ਬੱਚਾ ਇੱਥੇ ਸੀ, ਅਸੀਂ ਗਲਤ ਇਹਨਾਂ ਨੂੰ ਕੁਛ ਨਹੀਂ ਬੋਲ ਸਕਦੇ ਸੀ। ਫਿਰ ਵੀ ਅਸੀਂ ਚਲੋ ਕਿਹਾ ਸਰ ਤੁਸੀਂ ਕੋਸ਼ਿਸ਼ ਕਰੋ, ਹੋ ਸਕਦਾ ਵੀ ਠੀਕ ਹੋ ਜੇ ਇਹ। ਹਾਂਜੀ ਤੇ ਫਿਰ ਵੀ ਇਹਨਾਂ ਨੇ ਦੇਖਿਆ ਹਫਤਾ ਲਗਾਤਾਰ ਮਤਲਬ ਉਹ ਨਹੀਂ। ਕੱਲ੍ਹ ਇਹਨਾਂ ਨੇ ਸਰ ਮੇਰੇ ਤੋਂ ਹੀ ਮਤਲਬ ਕਹਿਣ ਲੱਗੇ ਕਿ ਇੱਥੇ ਅਸੀਂ ਕੋਈ ਹੋਲ ਕਰਾਂਗੇ ਉਹ ਬਲਗਮ ਕੱਢਣ ਲਈ। ਅਸੀਂ ਇਹਨਾਂ ਨੂੰ 10 ਵਾਰ ਪੁੱਛਿਆ, ਇਹ ਮੇਰੇ ਕੋਲ 10 ਵਾਰੀ ਆਏ ਵੀ ਸਾਈਨ ਕਰੋ। ਮੈਂ ਕਿਹਾ ਮੇਰੇ ਹਸਬੈਂਡ ਮੇਰੇ ਕੋਲ ਨਹੀਂ ਆ, ਉਹ ਪੇਮੈਂਟ ਦਾ ਇੰਤਜ਼ਾਮ ਕਰਨ ਗਏ, ਜਿਵੇਂ ਆਣਗੇ ਮੈਂ ਸਾਈਨ ਕਰਾਂਗੀ, ਮੈਂ ਇੱਦਾਂ ਸਾਈਨ ਨਹੀਂ ਕਰੂੰ। ਸਰ ਇਹਨਾਂ ਨੇ ਮੇਰੇ 'ਤੇ ਦਬਾਅ ਬਣਾਇਆ ਉਸ ਚੀਜ਼ ਦਾ। ਅਸੀਂ ਬਾਹਰੋਂ ਡਾਕਟਰ ਬੁਲਾਇਆ, ਫਿਰ ਉਹ ਚਲੇ ਜਾਣਗੇ, ਇੰਨਾ ਟਾਈਮ ਉਹਨਾਂ ਕੋਲ ਨਹੀਂ ਹੈ, ਇਹ ਵੋ। ਇਹਨਾਂ ਨੇ ਮੈਨੂੰ ਇਸ ਤਰ੍ਹਾਂ ਕਰ ਕਰਕੇ ਪੁੱਛ ਕਰ ਕਰਕੇ ਮਤਲਬ ਕਰਤਾ। ਸਰ ਮੈਂ ਆਪਣੇ ਮੇਰੇ ਹਸਬੈਂਡ ਇੱਥੇ ਨਹੀਂ ਸੀ ਤਾਂ ਵੀ ਮੈਂ ਸਾਈਨ ਕੀਤੇ। ਸਰ ਕੁਛ ਨਹੀਂ ਹੋਇਆ, ਮੈਂ ਰਾਤ 11 ਵਜੇ ਗਈ ਹਾਂ ਇੱਥੋਂ। 11 ਵਜੇ ਮੈਂ ਸਰ ਇੱਥੋਂ ਬਿਲਕੁਲ ਸਹੀ ਆਪਣੀ ਕੁੜੀ ਨੂੰ ਛੋੜ ਕੇ ਗਈ ਹਾਂ, ਬਿਲਕੁਲ ICU ਦੇ ਵਿੱਚ ਸੀਗੀ। ਮੈਂ ਉਹਨੂੰ ਪੁੱਛਿਆ ਸਾਰਿਆਂ ਬੇਟੀ ਮੈਂ ਘਰ ਜਾਵਾਂ, ਕਹਿ ਰਹੀ ਹਾਂ ਮੰਮਾ ਜਾਓ ਤੁਸੀਂ ਆਰਾਮ ਕਰੋ ਕਿਉਂਕਿ ਕੱਲ੍ਹ ਰਾਤ ਵੀ ਤੁਸੀਂ ਇੱਥੇ ਸੀਗੇ, ਨਹੀਂ ਸੁੱਤੇ। ਅਤੇ ਜਾ ਕੇ ਅਸੀਂ ਸੋ ਗਏ, ਚਲੋ ਗਏ ਹਾਂ। ਫਿਰ ਮੈਂ ਵੀਡੀਓ ਕਾਲ 'ਤੇ ਗੱਲ ਕਰਵਾਈ ਬੇਟੇ ਨੇ ਮੇਰੇ ਨਾਲ, ਮੈਂ ਸਕਰੀਨਸ਼ੋਟ ਉਸ ਚੀਜ਼ ਦੀ ਲਿੱਤੀ ਹੋਈ ਹੈ। ਸਰ ਕੰਡੀਸ਼ਨ ਇਹ ਆਈ ਹੈ ਕਿ ਮੈਂ ICU ਦੇ ਵਿੱਚ ਆਪਣੀ ਬੱਚੀ ਛੋੜ ਕੇ ਗਈ ਹਾਂ, ਤਾਂ ਕਰੋਨਾ ਵਾਰਡ ਦੇ ਵਿੱਚ ਪਈ ਹੈ, ਤਾਂ ਜਿਵੇਂ ਮੈਂ ਐਂਟਰ ਕਰ ਰਹੀ ਹਾਂ ਤਾਂ ਕਹਿ ਰਹੇ ਜੀ ਐਕਸਪਾਇਰ ਹੋ ਗਿਆ। ਇਸ ਤਰ੍ਹਾਂ ਕਿਸ ਤਰ੍ਹਾਂ ਹੋ ਗਿਆ? ਮੈਂ ਇਹ ਮੰਗ ਕਰਦੀ ਹਾਂ ਕਿ ਮੈਂ ਮੰਗ ਇਹ ਕਰਦੀ ਹਾਂ ਕਿ ਮੈਂ
इस गल की तह तक जाना चाहूँगी भी जब मेरी बच्चे जब असी रिपोर्ट करवाए थी करोना के जब असी सैंपल कराए साढ़े नैगेटिव आए तो करोना शर्मा पेशेंट का नाम है जी। तो इन्होंने 16 दिन रखी है, अज करोना कढ के इन्होंने पूरी करती है जी। जदों असी लैके आए तोड़ के लैके आए नैक का ऑपरेशन कराना सी जी, ठीक है। पहला ऑपरेशन इन्हों तो सही हो गया, ठीक है जी। दूसरा ऑपरेशन इन्होंने जिहड़ा किया वो आप मानते पे भी साढ़े तो गलत होया, ठीक है जी। तीसरा ऑपरेशन सानू कहिंदे सी असी कर दिंदे आ, असी कहा भी हले वो हालत है नहीं, रुक जाओ। इहने इह तों कुछ इस तरह तरीके का हो गया भी ये बस तो बहर हो गया काम, असं इनू कहते रहे भी बहरों डॉक्टर बुलाना भी तू बहरों बुला लै, पे की कोई चक्कर नहीं है। इन्हें 16 दिन 8 लाख रुपया बनाया असी पूरा दिता, असी लैस भी नहीं करवाया है। तो इन्हें 8 लाख इन्हें हड़प लिया जी, असी दिता है इन्हें 8 लाख कहा जी, असी पूरा दिता है। असी एक बारी भी नहीं किया भी असी घटाना है वधाना है, इन्हें पैकेज बनाया सी कोई गल नहीं असी देता। वो तो बाद कल ये तो बस तो बहर हो गई गल बई हूँ, क्योंकि कल रात को 2 बजे वो ऑक्सीजन 25 रह गई सी, ठीक है जी। अंदर ही 25 ये रह गई सी ऑक्सीजन, वो तो बाद इनू ऐ हो गया जी मैं ऑपरेशन किया जी, कल इनू कुछ हो गया गल मेरे ते आएगी। इन्हें उस दिन करोना टेस्ट करवा के, ठीक है जी, नाल दी नाल पॉजिटिव कराती, पहली नेगेटिव वाली है। मंग है सील करावांगे जी, एदा कुछ हुण ऐ तां है नहीं जी, असी साडा घर दा बंदा गया जी, असी नहीं बुलाई जी, असी नहीं बुलाई, इन्हां ने बुलाई है। हाँ जी, पुलिस तो असं ये मंग करते साडा साथ दे, साडे नाल गलत होया, वो तो हले भी एटीट्यूड दिखा रहे जी, सानू हले भी अखा दिखा रहे हैं। साडा घर दा मैंबर गया, सानू पता जी 21 साल दी जवान भैन सी मेरी, कौन टैलीफोन मशहूर होया भी इतने हॉस्पिटल हंगामा हो रहा, इतने आके देखा तो पता चलिया कोई लड़की सी 1 तरीक तो दाखिल सी किसी बीमारी की वजह के नाल, कहिंदे सवेरे अज डैथ हो गई है भी ठीक सी पहला वह हूँ, बाकी हूँ डॉक्टर आते ने पहला ऑपरेशन किया, कहिंदे वह बिल्कुल ठीक सी 1 तरीक तो ठीक ठाक सी, बाकी हूँ डॉक्टर साहब आते ने फिर उन्होंने पुछद भी किहड़ा ऑपरेशन तुसीं कीता सी, की गलबात आ, किदां कुड़ी दी डैथ होई। मैं इन्हां नूं आख्या वा भी जो काम